हो गई टंकियां फुल बाई ने। हाँ जी बाबे हो ले रहे हो आनंद की गल का गौर नहीं करना दवाई चलती। हाल चाल जी सत श्री अकाल जी सारे नूं स्वागत तुहाडा एक नवे ब्लॉग च नवे ट्रिप दे नाल चले आ जी आपां बाय रोड गोवा नूं तुहानूं फिर मिलदे रहांगे राह दे विच। टीम अपनी आ रही नाल जिहड़े बाईआं ने जाणा है दो आ रहे अपने पिंड तों ते बाकी एक बाई आ रहा बेगोवाल तों ते फाइनली पहला आपां जावांगे रीठा साहिब तों उस तों बाद फिर ट्रिप बजरा चलेगी तुहानूं दसी चलांगे ते होर सब चढ़दी कला ठीक है जी। मैं कहा आपां करिए स्टार्टिंग फिर बाई आंदे आपां फिर शूट करांगे उहनां दा ठीक है जी। बाकी यार जिहड़ी विलॉग अपडेट नहीं आए होए आपां नैक्सट टाइम हौली हौली सारे करांगे पिछले ट्रिप के भी विलॉग सारे इदां पए आ हौली हौली आपां उहदे विच कवर करांगे। बाकी बाई आंदे आपां रेडी आ बैग अपना हो गया जी रेडी। आ देखो इधर सिरसा भी रेडी है जी इधर पंप भी रेडी है ठीक है जी। फिर आप मिलते हैं इधर बाबा जी को लैके आशीर्वाद तो फिर आप जा रहे हैं जी ठीक है जी। वाह खालसा फतेह जी। आ लो जी बाबे हो साढ़े जवान पहुँच गए ने नाजी पुत्र कुलदीप सिंह इन्हां नूं तुसीं जानदे हो ना ठीक है बाबा जी फिर मिलते हैं गड्डियां चले पावांगे ठीक है जी। सरगुण बाय मिलांगे फिर आप ठीक है बाय कर दो चलो ओ आ जा यार तुसी फ्री का समान चुकन दी रहिंदे यार जान दिया कर वेख्या नहीं घर वस्या नहीं मंगते पहला ही ठीक है नी। चलो बाबियो मिलते हैं जी फिर आप अगू ट्रिप हो गया शुरू विलोक हो गया शुरू अपना ठीक है जी। बड़ी जोर की वजह से बाबे तैयार ने खालसे शस्त्र बस्त्र सजा ले ठीक है बाबा जी। ये अपनी सियारा कितने सियारा सियारा है गड़ी ये सियारा जाएगी अपनी और बारिश पै रही नाले बड़ा वधिया जी बड़ा वधिया हाँ ठंड पा गैस पूरी होगी बई। लो जी वाहेगुरु जी चले पै गए ने बले सो निहाल श्री अकाल देखो की बनता हूं यही तो डर सन इधर पुत्र कुलदीप सिंह बैठे ने कुलदीप सिंह का मुंडा भी नाल आया जी ठीक है बाबे हुण गड्डी करावांगे टंकी फुल फिर आप चलांगे ते फिर हुंदा फिर व्लॉग शुरू। ई हो गईयां टंकियां फुल बाई ने कर दी टंकी फुल है किन्ने दा पै गया ए बाबा जी हो गया अपना 3370 ला लो 34 लीटर पिया जी आपां तू पी जानी है सवेर दी रोटी खादी इधर आवे गंद ਜੀ ਫੋਟੋ ਹਰ ਥਾਂ ਲੱਗੀ ਹੁੰਦੀ ਹੈ ਠੀਕ ਹੈ ਮੇਰਾ ਭਾਈ ਚੱਲੇ ਪਾ ਕੇ ਘੜਾਂ ਦੇ ਪੈਣੇ ਏ ਬਾਬੇ ਕਰਾਂਗੇ ਕਦੀ ਕਾਰਵਾਈ ਜੀ ਪੈ ਗਿਆ ਪਿੱਛੇ ਦਿਨ ਠੀਕ ਹੈ ਬਾਬੇ ਫਿਰ ਚੱਲੇ ਪਾਨੇ ਫਿਰ ਮਿਲਦੇ ਆ ਤੁਹਾਨੂੰ
ਲੋ ਵੀ ਬਾਬਿਓ ਕਿੱਥੇ ਪਹੁੰਚੇ ਕਹਿੰਦੇ ਕਰਨਾਲ ਆ ਗਏ ਐ ਕਰਨਾਲ ਆ ਗਏ ਤੇ ਆ ਯੋਧੇ ਖੜੇ ਨੇ ਇੱਕ ਭਾਈ ਸਾਹਿਬ ਸਾਡੀ ਸਨੈਪਚੈਟ ਸਨੈਪਚੈਟ ਬਣਾ ਰਹੇ ਨੇ ਠੀਕ ਹੈ ਬਾਬਿਓ ਠੀਕ ਹੈ ਜੀ ਠੀਕ ਹੈ ਆਪਾਂ ਢਾਬੇ ਰੁਕਾਂਗੇ ਚਾਹ ਛਕਾਂਗੇ ਕੇਸਰੀ ਸਟਾਰ ਕਰਨਾਲ ਪਹੁੰਚ ਗਏ ਮਿਲਦੇ ਤੁਹਾਨੂੰ ਫਿਰ ਅੱਗੇ ਕਿਵੇਂ ਜਿਵੇਂ ਚੱਲੀ ਜਾਏਗਾ ਪ੍ਰੋਗਰਾਮ ਚਲੋ ਆਪਾਂ ਮਾੜਾ ਜਿਹਾ ਦੱਸੀਏ ਕਿੱਥੇ ਪਹੁੰਚੇ ਹਾਂ ਗੌਰ ਨੀ ਕਰਨਾ ਦਵਾਈ ਚਲਦੀ ਵੀ ਹੈ ਰੋਤਾ ਵੀ ਚਲਦੀ ਠੀਕ ਨਾ ਇਹਦੀ ਗੱਲ ਦੀ ਗੌਰ ਨੀ ਕਰਨੀ ਹੈਗੀ ਮੂੰਹ ਵੇ ਜਿਵੇਂ ਗਿੱਲੀ ਕੰਧ ਚ ਮੁੱਕਾ ਮਾਰਿਆ ਡਾਕਟਰ ਕੋਲ ਠੀਕ ਹੈ ਠੀਕ ਹੈ ਮਹਾਰਾਜ ਜੀ ਇਹ ਭਾਜੀ ਆਏ ਨੇ ਆਪਣੇ ਮੌਸਮ ਬੜਾ ਪਿਆਰਾ ਜੀ ਹਾਂ ਪਹਿਲੀ ਵਾਰੀ ਆਇਆ ਮੌਸਮ ਦੇਖੋ ਜਿੱਦਾਂ ਪਹਾੜ ਬਣੇ ਹੁੰਦੇ ਇੱਦਾਂ ਲੱਗਦਾ ਪਿਆ ਕੀ ਬਾਤ ਹੈ ਅਸੀਂ ਹੁਣ ਪੈ ਗਿਆ ਲਖਨਊ ਵਾਲੇ ਹਾਈਵੇ ਤੇ ਇੱਥੋਂ ਚਾਲੇ ਪੰਦ ਸਿੱਧੇ ਜਾਵਾਂਗੇ ਜਿੱਥੇ ਰੁਕਾਂਗੇ ਹਾਈਵੇ ਮਹਾਰਾਜ ਜ਼ਰੂਰ ਦਿਖਾਵਾਂਗੇ ਹਾਂਜੀ ਬਾਬਿਓ ਲੈ ਰਹੇ ਹੋ ਆਨੰਦ ਬਿਲਕੁਲ ਜੀ ਬਾਰਿਸ਼ ਦਾ ਆਨੰਦ ਲੈ ਰਹੇ ਅਸੀਂ ਕੀ ਬਾਤ ਹੈ ਮੌਸਮ ਵੇਖੋ ਕਿੱਡਾ ਕਿਲਿੰਗ ਹੋਇਆ ਕਿਲਿੰਗ ਪਰ ਬਾਕੀ ਆ ਫਸਲ ਖਰਾਬ ਹੋ ਗਈ ਫਿਰ ਨਾ ਝੋਨਾ ਖਰਾਬ ਹੋ ਗਿਆ ਯਾਰ ਥੋੜ੍ਹਾ ਡੂੰਘਾ ਲੱਗਾ ਨਾ ਆਹ ਖੜੀ ਜੀ ਆਪਣੀ ਪਿਆਰਾ ਔਰ ਇਹ ਮੁੰਡਾ ਸਾਡਾ ਡਰਾਈਵਰ ਹੈ ਜਿਹਨੇ ਤੂੰ ਅਸੀਂ ਅਰਦਾਸਾਂ ਕਰਦੇ ਆ ਰਹੇ ਹਾਂ ਲਓ ਬਾਬਿਓ ਹੁਣ ਇੱਕ ਢਾਬੇ 'ਤੇ ਰੁਕੇ ਹਾਂ ਢਾਬੇ 'ਤੇ ਕੀ ਨਾਮ ਢਾਬੇ ਦਾ ਸ਼ਿਵ ਟੂਰਿਸਟ ਢਾਬਾ ਸਿਆਰਾ ਆਪਾਂ ਘਰ ਦੀ ਆਪਣੀ ਸਾਈਡ 'ਤੇ ਖੜੀ ਹੋਣਾ ਹੁਣ ਜਾਵਾਂਗੇ ਭਾਅ ਜੀ ਆਪਾਂ ਜਲ ਪਾਣੀ ਛੱਕ ਕੇ ਹਾਂਜੀ ਭਾਅ ਜੀ ਭੁੱਖ ਲੱਗੀ ਹੈ ਤੇਰੀ ਭੁੱਖ ਵੀ ਠੀਕ ਕਿੱਦਣ ਹਾਂ ਦੇਖੋ ਭਾਅ ਜੀ ਹੈ ਨਾ ਫਿਰ ਤੂੰ ਜਲ ਪਾਣੀ ਛੱਕ ਤੇ ਫਿਰ ਤੁਰਾਂਗੇ ਹੁਣ ਯੂਪੀ ਹਾਂ ਆਪਾਂ ਹਬੂੜ ਇੱਦਾਂ ਕਰਕੇ ਕੋਈ ਸੁਨਾਸ ਲਿਖਿਆ ਸੀ ਯਾਰ ਆਹ ਭਾਅ ਜੀ ਨੇ ਜਿਵੇਂ ਬੱਚੇ ਨਹੀਂ ਹੁੰਦੇ ਖੜਾਉਣ ਵਾਲੇ ਦੇ ਗਾਣਾ ਸਭ ਤੋਂ ਪਹਿਲਾਂ ਵੱਡਦੇ ਹੁੰਦੇ ਨੇ ਉਹ ਹਿਸਾਬ ਆ ਭਾਅ ਜੀ ਦਾ ਦੇਖੋ ਆ ਜਾ ਭਾਅ ਜੀ ਗੱਡੀ ਲੈਣੀ ਹੈ ਛੋਟੀ ਕਾਰ ਲੈਣੀ ਹੈ ਓਏ ਹੋਏ ਹੋਏ ਕੀ ਬਾਤ ਹੈ ਕੀ ਬਾਤ ਹੈ ਕਿੱਦਾਂ ਲੱਗ ਰਹੇ ਨੇ ਬੜਾ ਵਧੀਆ ਅੱਛਾ ਜੀ ਮੁੰਨੀ ਤੋਂ ਵੱਧ ਬਦਨਾਮ ਕਰਤਾ ਤੁਸੀਂ ਮੈਨੂੰ ਯਾਰ ਠੀਕ ਹੈ ਬਾਬਿਓ ਫਿਰ ਮਿਲਦੇ ਆ ਬਾਬਿਓ ਆ ਬੇਚਾਰਾ ਮੇਰੇ ਵਾਂਗੂ ਪਤਲਾ ਜਾ ਜੀ ਚਲ ਆਪਣੇ ਛੱਕ ਕੇ ਤੇ ਫਿਰ ਦੇਖਦੇ ਆ ਜੀ ਹਾਂਜੀ ਪਿਆਰਿਓ ਫਿਰ ਕਿੱਦਾਂ ਲੱਗਾ ਜਲ ਪਾਣੀ ਬਹੁਤ ਵਧੀਆ ਜੀ ਆਪਾਂ ਇਧਰੋਂ ਆਏ ਨਾ ਯੂਪੀ ਦੇ ਵਿੱਚ ਬੜਾ ਵਧੀਆ ਜੀ ਆਪਾਂ ਦਿੱਲੀ ਤੋਂ ਲਖਨਊ ਵਾਲੇ ਰੋਡ ਤੇ ਆ ਜੀ ਨਹੀਂ ਲਖਨਊ ਵਾਲੇ ਨਹੀਂ ਹੈਗੇ ਆਪਾਂ ਮੁਰਿਆਦਾਬਾਦ ਦਾ ਕਰਕੇ ਲਿਖਿਆ ਨਾ ਬਹੁਤ ਵਧੀਆ ਢਾਬਾ ਹੈ ਜੀ ਬਹੁਤ ਵਧੀਆ ਹੀ ਔਰ ਐਕਸਪੈਂਸਿਵ ਇੰਨਾ ਨਹੀਂ ਸੀ ਹੈਗਾ 20 ਕਿਲੋਮੀਟਰ ਹਾਂ 20 ਕਿਲੋਮੀਟਰ ਪਹਿਲਾਂ ਇਹਦੀ ਹਾਂ ਇਹਦੇ ਸਾਈਨ ਆ ਜਾਂਦੇ ਨੇ ਸ਼ਿਵ ਟੂਰਿਸਟ ਢਾਬੇ ਤੇ ਵਿਜ਼ਿਟ ਕਰੋ ਜ਼ਰੂਰ ਚੱਲਦੇ ਹੋ ਬਹੁਤ ਵਧੀਆ ਹਾਂਜੀ ਹਾਂ ਟੂਰਿਸਟ ਟੂਰਿਸਟ ਹੋ ਹਾਂ ਟੂਰਿਸਟ ਪੂਰੇ ਆ ਰਹੇ
ठीक है सर, फिर मिलते हैं ताले बने। बाबियो आ गए, अपा कित्थे आ गए, कित्थे आ गए, जिथे गन्ना ही गन्ना बीजा पिया, एनू यूपी कहंदे आ, एनू यूपी कहंदे आ, ते पिंडा दे विच हो के जा रहे जी, नाले देख रहे जी गन्ने, मुरादाबाद नु जांदा होया मेन रोड जी बंद है, बंद जे बंद ना आवे तो यूपी कहना किन्ने अमरे वीरो, जाम लगा पिया, जाम लगा पिया यार इंदे यार। लो जी भाई आवे सफर चल रहा साडा, नानक मता रहेगा सानू 3 घंटे ड्राइव, हां जी ते रात असी उत्थे ही स्टे करांगे, प्लान ते साडा यही है, बाकी अके देखो मारा सुख रख किधर जांदे आ, ये रोड जाम हो गया नहीं तां ठीक है वीरा, ठीक है मिलदे आ जी फिर अगे, बाकी तुहानू पता ही है जो यूपी आया है बंदा ते रोड मिल जाए ते ट्रैफिक ना मिले, ये किवें हो सकता है कन्नी बाबे हो यार, बाबा जी तो वीरियो इधर हाईवे सी, आपा 2 मिनट वाला खा के आपा फिर मैं कि 2 किलोमीटर आए, 2 या 3 किलोमीटर चल पे आई है, फिर हाईवे ते आन चढ़े आपा, देखो हां जी हां जी हां जी हां जी हां जी वीरियो ਵੀਰਿਆ ਦੇਖੀ ਕਿਤੇ ਪਿੱਛੇ ਨਾ ਲੈ ਆਈ ਹੋ ਵੀਰਿਆ, ਚੱਲ ਪਿਆ ਹਾਂਜੀ ਹਾਂਜੀ, ਕਿਦਾਂ ਬਾਬਿਓ ਕਿਦਾਂ ਚੱਲ ਰਿਹਾ ਟ੍ਰਿਪ ਤੁਹਾਡਾ? ਮੈਂ ਕਹਿੰਦਾ ਜਮੀ ਹੱਥ ਆਨੰਦ ਬੱਜਿਆ ਵੇ, ਆਨੰਦ ਤੂੰ ਆਨੰਦ ਲੈਣੇ ਨੇ ਕੁਲਦੀਪ ਦੇ ਮੁੰਡਿਆ, ਮੁੰਡਾ ਕਿਦਾਂ ਕਰਦਾ? ਸਰਦਾਰ ਕੁਲਦੀਪ ਸਿੰਘ ਪੋਤਰਾ ਪ੍ਰੇਮ ਸਿੰਘ, ਆ ਸਾਰਿਆਂ ਨੂੰ ਪਤਾ ਹੈ, ਦੱਸਣ ਦੀ ਲੋੜ ਨਹੀਂ ਸੀ ਹੈਗੀ। ਹੋ ਬਾਬਾ ਜੀ ਤੁਸੀਂ ਸੁਣਾ ਪੰਜਾਬ ਵਾਲਿਓ, ਬੇਗੋਵਾਲ ਵਾਲਿਓ, ਬੀਬੀ ਜਗੀਰ ਕੌਰ ਇਹ ਭਾਜੀ ਨੇ ਬੀਬੀ ਜਗੀਰ ਕੌਰ ਦੇ ਗੁਆਂਢੀ, ਇਹਨੂੰ ਅਸੀਂ ਮਤੇ ਦਾ ਦੇ ਦਿੱਤੇ ਭਾਜੀ ਨੂੰ, ਤੇ ਅਸੀਂ ਕਹਿ ਤਾ ਭਾਜੀ ਆਹ ਮੰਗਾਂ ਹੋਣੀਆਂ ਜਿਹੜੀਆਂ ਪੂਰੀਆਂ ਨੇ ਤੇ ਕੰਮ ਹੋਏਗਾ ਖਰਾਬ, ਪੂਰਾ ਕਰ ਲਈਏ ਪਹਿਲਾਂ ਨਹੀਂ ਭਾਜੀ ਪਹਿਲਾਂ ਬੀਬੀ ਜਗੀਰ ਕੌਰ, ਚੱਲੀ ਜਾ ਰਿਹਾ ਜੀ ਚੱਲੀ ਜਾ ਰਿਹਾ ਜੀ, ਇੰਜੋਏ ਹੋ ਰਿਹਾ ਪੂਰਾ, ਡਰਾਈਵਰ ਐਤਕੀ ਆਪਾਂ ਪਾਇਆ ਹੋਇਆ ਵੀ ਮੁੰਡਾ ਸੁਖਦੇਵ ਸਿੰਘ, ਸੁਖਦੇਵ ਸਿੰਘ महाराष्ट्र दिया यूपी दिया देख रहे हो, जिवे महाराष्ट्र दिया बसा बहर जा ले जानिया गोरिया ने, ते मेनु शक पैंदा लै यूपी दिया भी जानिया ने, इहदे विच बहुत वड्डा हत्थ है ਇਹ ਗਵਰਨਮੈਂਟ ਨੇ ਵੇਚ ਦੇਣੀ ਹੈ, ਮਹਿੰਗੀ ਪਾਣੀ ਚੱਲਣ ਵਾਲੀ ਰਹਿਣਾ ਕਿੱਥੋਂ, ਮਤਲਬ ਕਿ ਕੀ ਸੋਚੀ ਬੈਠੇ ਨੇ ਪਾਣੀ ਚੱਲਣਾ ਨਾ, ਇਹਨਾਂ ਦੇ ਮਨ ਦੀਆਂ ਕੀ ਕੀ ਫੀਲਿੰਗਾਂ ਨੇ ਬਈ, ਸਾਰੀ ਮਾਸੇ ਬਈ ਨਾ ਕੀ ਬੱਸਾਂ ਕਾਦੀਆਂ ਭਰਾਵਾ, ਬੇੜਾ ਹੀ ਕਰਕੇ ਭਰਾਵਾ ਲਾਈਵ ਆ ਗਈ ਆ ਜਾ ਰਹੀ ਜੀ, ਉਹ ਪੈਦਲ ਆ ਵੇ ਕੋਈ ਹਾਲ ਥੋੜਾ ਹੈ ਇਧਰ, ਆ ਡਰਾਈਵਰ ਸਾਹਿਬ ਲਾਰੀ ਹੈ ਲਾਰੀ ਹੈ, ਕਹਿੰਦੇ ਸਰਕਾਰੀ ਲਾਰੀ ਨਾ ਇਹਦਾ ਕੋ ਬੂਆ ਨਾ ਕੋ ਬਾਰੀ, ਆ ਦੇਖੋ ਜੀ ਮੁਰਾਦਾਬਾਦ, ਮੈਂ ਕਿਹਾ ਟ੍ਰੈਫਿਕ ਕੀ ਕੰਮ ਚੱਕਿਆ ਹੋਇਆ ਜੀ ਟ੍ਰੈਫਿਕ, ਸਰਦਾਰ ਜੀ ਹੁਣ ਰਹਿ ਗਏ ਸਾਡੇ ਪੌਣੇ ਕੁ 3 ਘੰਟੇ, ਹੁਣ ਦੇਖੋ ਫਿਰ ਜਾ ਕੇ ਫਿਰ ਮੁੰਡਾ ਕਿਹਦਾ ਆ ਬਾਬਿਓ, ਕਿੱਦਾਂ ਸਾਰੀ ਮੰਡੀਰ ਦਾ ਬੇੜਾ ਹੀ ਗਰਕ ਹੋ ਗਿਆ, ਫੋਨ 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 ਬਸ, ਤੂੰ ਕਿੱਥੇ ਲੱਗਾ, ਇਹ ਤੇ ਆਪਾਂ ਵਲੌਗ ਬਣਾ ਰਹੇ ਆ ਨਾ, ਵਲੌਗ ਬਣਾ ਰਹੇ ਆ ਆਪਣੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਆਪਣੇ ਪਿਆਰ ਕਰਨ ਵਾਲਿਆਂ ਨੂੰ ਵਿਖਾ ਰਹੇ ਆ ਅਸੀਂ, ਠੀਕ ਨਾ, ਪਿਆਸੇ ਵੀ ਪਿਆਰ ਕਰਨਾ, ਕਹਿੰਦੀ ਭਾਜੀ ਸਹੀ ਗੱਲ ਕਹਿ ਰਹੇ ਆਪਾਂ, ਪਿਆਰ ਕਰਨ ਵਾਲਾ ਸਾਨੂੰ ਕੋਲ ਰਹਿਣਾ, ਪਿਆਰ ਕਰਨ ਵਾਲੇ ਸੈਂਡ ਕਰੀਏ ਸਹੀ ਨਹੀਂ, ਤੇ ਹੁਣ ਅਸੀਂ ਰੁਕਿਆ ਕਿ ਢਾਬੇ ਤੇ ਜੀ, ਢਾਬੇ ਦਾ ਨਾਂ ਉਹ ਉਠਾ ਗਿਆ ਤੇ ਜੁਬਲੀ ਨੇਪਾਲੀ ਢਾਬਾ, ਸ੍ਰੀ ਪਸ਼ਪਤਨਾਥ
ਤੇ ਬਾਬਾ ਜੀ ਸਫ਼ਰ ਜਾ ਰਿਹਾ ਬੜਾ ਵਧੀਆ ਟ੍ਰਿਪ ਚੱਲ ਰਹੀ ਹੈ ਗੋਵਾ ਟ੍ਰਿਪ ਗੋਵਾ ਜਾਣਾ ਇਸ ਤੋਂ ਬਾਅਦ ਫਿਰ ਦੇਖਦੇ ਹਾਂ ਕਿੱਦਾਂ ਰੂਟ ਫੜਦੇ ਹਾਂ ਮੇਬੀ ਆਪਾਂ ਕੌਫੀ ਹੈ ਕੌਫੀ ਦੇ ਦੇਣਾ ਕੌਫੀ ਤੋ ਉਸ ਤੋਂ ਬਾਅਦ ਫਿਰ ਆਪਾਂ ਜਾਵਾਂਗੇ ਜੀ ਫਿਰ ਉੱਦਾਂ ਤੁਹਾਨੂੰ ਵੀ ਲੋਕ ਅਪਡੇਟ ਕਰਾਂਗੇ ਆਪਾਂ ਐਡਿਟਿੰਗ ਕਰਕੇ ਬੜੇ ਵੀ ਲੋਕ ਪਏ ਆ ਕਰਨ ਵਾਲੇ ਕਰਾਂਗੇ ਜੀ ਤੁਹਾਡੀ ਸੇਵਾ 'ਚ ਹਾਜ਼ਰ ਕਰਾਂਗੇ ਤੁਸੀਂ ਇੱਦਾਂ ਹੀ ਚੈਨਲ ਨਾਲ ਪਿਆਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਕਰੋ ਕਮੈਂਟ ਕਰੋ ਆਪਣੇ ਫਰੈਂਡ ਨੂੰ ਸ਼ੇਅਰ ਜ਼ਰੂਰ ਕਰੋ ਜੀ ਭਾਅ ਜੀ ਸ਼ੇਅਰ ਕਰਨਾ ਜੀ ਤੁਹਾਨੂੰ ਅਸਲਾਮ ਵਾਲੇ ਅੱਜ ਤੇਰਾ ਅਸਲਾਮ ਵਾਲੇ ਘੁੰਮ ਗਈ ਇੱਥੇ ਆ ਕੇ ਵੈਸੇ ਤੂੰ ਲੱਗਣਾ ਵੀ ਸੇਮ ਹੀ ਯੂਪੀ ਨਾ ਨਾ ਜੈ ਬਾਬਾ ਜੀ ਠੀਕ ਜੀ ਯੂਪੀ ਆ ਗਿਆ ਬਾਬਾ ਜੀ ਠੀਕ ਹੈ ਜੀ ਫਿਰ ਮਿਲਦੇ ਹੁਣ ਚਾਹ ਪਾਣੀ ਪੀ ਕੇ ਬਾਬਾ ਡਾਣਾ ਅੱਤ ਕਰਾ ਦਿੰਦਾ ਅੱਤ ਅੱਤ ਕਿਆ ਬਾਤ ਹੈ ਇੱਧਰ ਫੋਟੋਆਂ ਲੈ ਰਹੇ ਨੇ ਬਾਈ ਆਪਣੇ ਆਈ ਲਾਈਕ ਇਟ ਆਪਾਂ ਰੁਦਰਪੁਰ ਰੋਡ ਤੇ ਚਲੇ ਗਏ ਆ ਜੀ ਚੜ ਗਏ ਆ ਇਹਦਾ ਮਤਲਬ ਪੈ ਗਏ ਆ ਨਾਲ ਮੌਸਮ ਹਸੀਨ ਹੋ ਗਿਆ ਜੀ ਮੌਸਮ ਤੇ ਤੁਹਾਨੂੰ ਪਤਾ ਹੀ ਆ ਬਾਬਾ ਜੀ ਫਿਰ ਪਤਾ ਨੂੰ ਭਈ ਕੌਣ ਘੁੰਮਣਾ ਫਿਰਨ ਵਾਸਤੇ ਆਏ ਨੇ ਹਾਂ ਹਾਂ ਇੱਧਰ ਦੇਖ ਹਰਿਆਵਲ ਦੇਖ ਇੱਧਰ ਕੀ ਬਾਤ ਹੈ ਜੀ ਵਾਹ ਗਾ ਠੰਡਾ ਹੋ ਗਿਆ ਜੀ ਵਾਹ ਜੀ ਕੀ ਬਾਤ ਹੈ ਕੀ ਬਾਤ ਹੈ ਲੋਕੋ ਜੀ ਕਹਿੰਦੇ ਨੇ ਸਕੰਜਵੀ ਆ ਗਈ ਨਹੀਂ ਮੁੜਦੇ ਫਿਰ ਸਕੰਜਵੀ ਪੀਣਾ ਉਹ ਯਾਰ ਲਾਈਫ ਫਿਰ ਚਿੱਲ ਜ਼ਿੰਦਗੀ ਅਗਲੇ ਬੜੇ ਖੁਸ਼ ਹੁੰਦੇ ਨੇ ਕੀ ਬਾਤ ਆ ਓਏ ਹੋਏ ਹੋਏ ਕਿਵੇਂ ਮਸਤੀ ਮਾਰਦੇ ਲੋ ਬਾਬਿਓ ਰੁਦਰਪੁਰ ਪਹੁੰਚਣਾ ਨੇ ਆਪਾਂ ਉੱਤਰਾਖੰਡ ਐਂਟਰ ਕਰਨਾ ਹੋ ਗਿਆ ਫਿਰ ਹਨੇਰਾ ਹੋ ਜਾਣਾ ਫਿਰ ਆਪਾਂ ਤੁਹਾਨੂੰ ਹੁਣ ਗੁਰਦੁਆਰਾ ਸਾਹਿਬ ਜਾ ਕੇ ਮਿਲਾਂਗੇ ਸਿੰਗਲ ਹੋ ਗਿਆ ਰੋਡ ਬਣਦਾ ਪਿਆ ਠੀਕ ਹੈ ਬਾਬਿਓ ਛਕੋਗੇ ਸ਼ਿਕੰਜਵੀ ਹਾਂਜੀ ਵਾਹਿਗੁਰੂ ਜੀ ਪਹੁੰਚ ਗਏ ਜੀ ਆਪਾਂ ਗੁਰਦੁਆਰਾ ਨਾਨਕ ਮਤਾ ਸਾਹਿਬ ਅਤੇ ਅੱਜ ਦੀ ਯਾਤਰਾ ਆਪਾਂ ਕਰਦੇ ਹਾਂ ਜੀ ਇੱਥੇ ਫਤਿਹ ਅਤੇ ਫਿਰ ਨੈਕਸਟ ਡੇ ਕਿੰਨਾ ਟਾਈਮ ਹੋ ਗਿਆ ਬਾਬੀ 8 ਵੱਜ ਗਏ ਨੇ ਅਤੇ ਬਾਬਾ ਜੀ ਪਹੁੰਚ ਗਏ ਨੇ ਬੜੀਆਂ ਲੰਬੀਆਂ ਵਿਚਾਰਾਂ ਚੱਲਦੀਆਂ ਆ ਰਹੀਆਂ ਨਾਲ ਨਾਲ ਚੰਗੀ ਜਨਰਲ ਨੌਲੇਜ ਚੰਗੀ ਦੇ ਰਹੇ ਨੇ ਬਾਬਾ ਜੀ ਉਸ ਤੋਂ ਬਾਅਦ ਇਹ ਸਿੰਘ ਨੇ ਕਾਲੇ ਪਰਨੇ ਵਾਲੇ ਪੌਣੇ 3 ਮੈਂ ਕੰਧ ਟੱਪ ਗਿਆ ਹੈ ਇਹ ਉਹ ਨੇ ਭਾਜੀ ਚਲੋ ਠੀਕ ਹੈ ਬਾਬਾ ਜੀ ਮਿਲਦੇ ਆ ਫਿਰ ਆਪਾਂ ਨੂੰ ਨੈਕਸਟ ਡੇ 'ਚ ਨਵੇਂ ਵਲੋਗ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ